ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵਾਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਗੱਲ ਕਰਾਂਗੇ ਅੱਜ 5 ਸਤੰਬਰ ਮੌਸਮ ਪੰਜਾਬ ਦੀ ਕਿ ਅੱਜ ਸਵੇਰ ਤੋਂ ਲੈ ਕੇ ਮੌਸਮ ਦੇ ਵਿੱਚ ਕੀ ਹਲਚਲ ਹੋਵੇਗੀ ਕਿਹੜੇ ਇਲਾਕਿਆਂ ਦੇ ਵਿੱਚ ਮੀਂਹ ਦੇ ਅਸਰ ਹੋਣਗੇ ਜਾਂ ਬੱਦਲਵਾਈ ਜਾਂ ਕਿੱਥੇ ਮੌਸਮ ਸਾਫ਼ ਰਹੇਗਾ ਸੋ ਪਹਿਲਾਂ ਜੇਕਰ ਆਪਾਂ ਤਾਜ਼ਾ ਸੈਟਲਾਈਟ ਤਸਵੀਰ ਦੇ ਅਧਾਰ ਤੇ ਦੇਖੀ ਤਾਂ ਸਵੇਰ ਦੇ ਸਮੇਂ ਜੋ ਮੌਸਮ ਹੈ ਪੰਜਾਬ ਦਾ 70 ਤੋਂ 80% ਤੱਕ ਜ਼ਿਆਦਾਤਰ ਸਾਫ਼ ਬਣੇ ਰਹਿਣ ਦੇ ਹੀ ਅਸਾਰ ਨੇ ਜਿਹੜੇ ਬਣੇ ਹੋਏ ਨੇ ਸੋ ਜਿਸ ਦੇ ਚੱਲਦੇ ਲਗਭਗ ਸਾਰ ਹੀ ਨੇ ਕਿ ਦੁਪਹਿਰ ਤੱਕ ਜੋ ਪੰਜਾਬ ਦਾ ਮੌਸਮ ਹੈ ਉਹ ਜ਼ਿਆਦਾਤਰ ਸਾਫ਼ ਹੀ ਰਹੂਗਾ ਪਰ ਕੁਝ ਪੂਰਬੀ ਇਲਾਕੇ ਜਿਵੇਂ ਲੁਧਿਆਣਾ ਜ਼ਿਲ੍ਹੇ ਦੇ ਪੂਰਬੀ ਭਾਗ ਹੋਗੇ ਕੁਝ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋਗੇ ਤੇ ਬਾਕੀ ਮਲੇਰਕੋਟੜਾ ਨਾਲ ਜਿਹੜੇ ਇਹ ਇਲਾਕੇ ਪੈਣਗੇ ਏਰੀਏ ਦੇ ਤਾਂ ਇਹਨਾਂ ਵਿੱਚ ਹਲਕੀ ਦਰਮਿਆਨੀ ਟੁੱਟਮੀ ਜਿਹੀ ਬੱਦਲਬਾਜ਼ੀ ਆ ਸਵੇਰ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਤੇ ਮੀਂਹ ਦੇ ਅਸਰ ਜਿਹੜੇ ਘਟ ਹੋਣਗੇ ਬੂੰਦਾਬاندی ਹੋ ਸਕਦਾ ਇੱਕ ਦੋ ਲੱਖਾਂ ਵਿੱਚ ਹਲਕੀ ਫੁਲਕੀ ਹੋ ਸਕਦੀ ਹੈ ਕੋਈ ਜ਼ਿਆਦਾ ਵੱਡਾ ਤਕੜਾ ਸਿਸਟਮ ਅੱਜ ਬਣਦੇ ਅਸਾਰ ਨੇ ਜਿਹੜੇ ਕਾਫੀ ਜ਼ਿਆਦਾ ਘ ਤੇ ਜੋ ਦਿਨ ਦੇ ਤਾਪਮਾਨ ਰਹਿਣਗੇ ਉਹ ਲਗਭਗ 32 ਤੋਂ ਲੈ ਕੇ 34-35 ਡਿਗਰੀ ਦੇ ਆਸ-ਪਾਸ ਬਣੇ ਰਹਣਗੇ। ਹਵਾਵਾਂ ਦੀ ਦਿਸ਼ਾ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਲਗਭਗ ਹਲਕੀਆਂ ਪੂਰਬੀ ਹਵਾਵਾਂ ਹੀ ਸੂਬੇ ਦੇ ਪੰਜਾਬ ਸਾਰੇ ਇਲਾਕਿਆਂ ਵਿੱਚ ਵਗਣਗੀਆਂ ਪਰ ਦੁਪਹਿਰ ਤੋਂ ਬਾਅਦ ਸ਼ਾਮ ਦੇ ਕਰੀਬ ਆਉਂਦੇ ਕੁਝ ਹਿੱਸਿਆਂ ਦੇ ਵਿੱਚ ਉੱਤਰ-ਪੱਛਮੀ ਹਵਾਵਾਂ ਦੀ ਵਾਪਸੀ ਹੋਵੇਗੀ ਜਿਸ ਦੇ ਚੱਲਦੇ ਮੌਸਮ ਦੇ ਥੋੜਾ ਬਹੁਤ ਹਲਚਲ ਹੋ ਸਕਦੀ ਹੈ ਦੁਪਹਿਰ ਤੋਂ ਬਾਅਦ ਸ਼ਾਮ ਦੇ ਕਰੀਬ ਕੁਝ ਹਲਕੇ ਟੁੱਟਵੇਂ ਬੱਦਲ ਜਿਹੜੇ ਆਵਾਜਾਈਦਰਨ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਅਚਾਨਕ ਹੀ ਜਿਹੜੇ ਕਹਦੀ ਆਪਾਂ ਬੱਦਲ ਬਣ ਕੇ ਮੀਂ ਦਨੇ ਕੁਝ ਉਹ ਇਲਾਕਿਆਂ ਵਿੱਚ ਹੋ ਸਕਦਾ ਹੈ ਕਿ ਥੋੜਾ ਬਹੁਤ ਗਰਜ ਚਮਕ ਨਾਲ ਜਿਹੜਾ اچانک ਆ ਕੁਝ ਮਿੰਟਾਂ ਜਾਂ ਕੁਝ ਸਮੇਂ ਦੇ ਲਈ ਜਿਹੜੀ ਹਲਕੀ ਫੁਲਕੀ ਬਰਸਾਤ ਹੋ ਸਕਦੀ ਹੈ ਕਿਉਂਕਿ ਮਾਰਨ ਸੂਨੀ ਸੀਜ਼ਨ ਐ ਸੋ ਇਸ ਦੇ ਵਿੱਚ ਜਿਹੜੇ ਅਚਾਨਕ ਛੋਟੇ-ਮੋਟੇ ਸਪੈਲ ਨੇ ਜਿਹੜੇ ਕੁਝ ਕੁ ਇਲਾਕਿਆਂ ਦੇ ਵਿੱਚ ਕਹਿ ਸਕਦੇ ਆ ਵੀ ਜ਼ਿਲ੍ਹੇ ਦੇ ਕੁਝ ਭਾਗਾਂ ਵਿੱਚ ਮੀਂਹ ਪੈ ਜਾਂਦਾ ਕੁਝ ਇਲਾਕੇ ਖੁਸ਼ਕ ਰਹਿ ਗਏ ਸੋ ਅਜਿਹੀਆਂ ਹਲਚਲਾਂ ਹੁੰਦੀਆਂ ਰਹਿੰਦੀਆਂ ਨੇ ਕਿਉਂਕਿ ਦੁਪਹਿਰ ਦੇ ਵੇਲੇ ਜਦੋਂ ਤਾਪਮਾਨ ਆਪਣੇ ਸਿਖਰਾਂ ਤੇ ਪਹੁੰਚਦੇ ਨੇ ਤਾਂ ਉਸ ਤੋਂ ਬਾਅਦ ਜਿਹੜੇ ਇਲਾਕਿਆਂ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਤਾਂ ਉਸ ਦੇ ਵਿੱਚ ਅਚਾਨਕ ਜਿਹੜੇ ਗਰਜ-ਜਮਕ ਵਾਲੇ ਬੱਦਲ ਨੇ ਉਹ ਬਣ ਜਾਂਦੇ ਨੇ ਜਿਸ ਦੇ ਚੱਲਦੇ ਉਹਨਾਂ ਇਲਾਕਿਆਂ ਵਿੱਚ ਮੀਂਹ ਪੈ ਜਾਂਦਾ ਤੇ ਨਾਲ ਦੇ ਇਲਾਕੇ ਖੁਸ਼ਕ ਵੀ ਰਹਿ ਜਾਂਦੇ ਨੇ ਤੋ ਇਸੇ ਤਰ੍ਹਾਂ ਦੀ ਹਲਚਲ ਜਿਹੜੀ ਕੁਝ ਇਲਾਕਿਆਂ ਵਿੱਚ ਆਪਾਂ ਨੂੰ ਦੁਪਹਿਰ ਤੋਂ ਬਾਅਦ ਸ਼ਾਮ ਤੱਕ ਦੇਖਣ ਨੂੰ ਮਿਲ ਸਕਦੀ ਉਹ ਵੀ ਟੁੱਟਵੇਂ ਰੂਪ ਵਿੱਚ ਬਹੁਤ ਥੋੜੇ ਇਲਾਕਿਆਂ ਵਿੱਚ ਚਾਂਸ ਹੋਣਗੇ ਤੇ ਬਾਕੀ ਜਿਹੜਾ ਪੰਜਾਬ ਦਾ ਮੌਸਮ ਹੈ ਲਗਭਗ 70 ਤੋਂ ਲੈ ਕੇ 80-85% ਤੱਕ ਜਿਹੜਾ ਸਾਰ ਨੇ ਲਗਭਗ ਜ਼ਿਆਦਾਤਰ ਸਾਫ਼ ਅਤੇ ਖੁਸ਼ਕ ਹੀ ਬਣਿਆ ਰਹੇਗਾ ਤੇ ਦੁਪਹਿਰ ਤੋਂ ਬਾਅਦ ਜੇਕਰ ਕਿਸੇ ਇਲਾਕੇ ਵਿੱਚ ਮੀਂਹ ਦੇ ਅਸਰ ਵੰਣਗੇ ਤਾਂ ਉਸ ਦੀ ਜਾਣਕਾਰੀ ਵੀ ਆਪਾਂ ਸਮੇਂ ਤੋਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਵੀ ਕਿਹੜੇ ਜ਼ਿਲ੍ਹਿਆਂ ਵਿੱਚ ਕਿੰਨਾ ਕੁ ਮੀਂਹ ਪੈਣ ਦੇ ਅਸਰ ਵੰਣ ਰਹੇ ਨੇ ਸੋ ਲਗਾਤਾਰ ਮੌਸਮ ਪੰਜਾਬ ਦੀ ਅਪਡੇਟ ਲਈ ਚੈਨਲ ਪੰਜਾਬ ਵੈਦਰ ਨਾਲ ਬਨੇ ਰਹੂ